ਸੋਲੋ ਵੀ ਟੱਪਿਆ, ਰਾਰੋ ਵੀ ਟੱਪਿਆ, ਸਰਦਾਰ ਵਿੱਚ ਮੁੰਡਾ ਨਾਮ ਹੋ ਗਿਆ, ਸਰਦਾਰ ਵਿੱਚ ਮੁੰਡਾ ਨਾਮ ਹੋ ਗਿਆ। ਅੰਗਲੀ ਹੱਥ ਤੋਂ ਚਲੇ ਜਾਓ ਗਿੰਦਰ। ਬੇਟੇ ਆ ਤੋਂ ਨੀਚੇ ਸੇ ਵੀ ਉੱਪਰ ਜਾਤਾ, ਲੇਕਿਨ ਬੇਟੇ ਆਪ ਕੋ ਹਰ ਦਿਖਾਨਾ ਥਾ। ਅੱਛਾ, ਕਭੀ ਇੜੀ ਵਿੜੀ ਮੈਂ ਕੋਈ ਦਿੱਕਤ ਹੋ ਜਾ। ਸਦੀ ਚਲ ਬੇਟੇ, ਚਲੋ ਪਹੁੰਚੇ ਇੱਡੇ, ਚਲੋ ਆਪ ਬੇਟੇ ਕੁਛ ਨੀ। ਆਹ ਲਚਕ ਮੈਂ ਆ ਗਿਆ, ਆਹ ਲਚਕ ਮੈਂ ਆ ਗਿਆ। ਓਲੇ ਰਿਹਾ, ਅਰੇ ਮੇਰੀ ਖੁਸ਼ੂ ਨੀ ਪਹਿਚਾਣ ਰਿਹਾ ਤੂੰ? ਜੀ ਕੀ ਹਾਲਤ ਬਣਾ ਰੱਖੀ ਪਾਪਾ, ਠੀਕ ਸੇ ਖੜੇ ਨਹੀਂ ਹੋ ਪਾ ਰਹੇ ਹੋ ਆਪ? ਬੈਠੋ ਯਾਰ ਪਾਪਾ, ਆਰਾਮ ਸੇ। ਕਿਆ ਹਾਲਤ ਬਣਾ ਰੱਖੀ ਆਪਣੀ? ਬੇਟੇ ਇਹ ਮਸਜਿਦ ਹੈ, ਕੋ ਕਿੱਧਰ ਬੈਠੋ ਕਿੱਧਰ ਨਹੀਂ, ਸਮਝੇ? ਜ਼ਬਰਦਸਤੀ ਇੱਜ਼ਤ ਨਹੀਂ ਚਾਹੀਏ, ਮੇਰਾ ਹੀ ਘਰ ਹੈ, ਜਹਾਂ ਮਿਲਨੇ ਚਾਹੀਦੇ ਹਨ। ਇੱਕ ਕੋੜੀ ਦੀ ਇੱਜ਼ਤ ਨਹੀਂ ਮਿਲੀ, ਇੱਕ ਕੋੜੀ ਦੀ। ਅਬ ਸ਼ਾਦੀ ਮੇ ਗਏ ਥੇ ਨਾ, ਗਏ ਤੋ ਬੜੇ ਕੁੱਤੇ ਫਾਂਦੇ ਥੇ, ਅਬ ਕਿਉਂ ਐਸੇ ਮੂੰਹ ਸੜਾ ਕੇ ਆਏ ਹੋ? ਇਹ ਹਮੇ ਕੁਛ ਹੋ, ਤੁਮ ਆਪਣੇ ਫੋਨ ਮੇ ਘੁਸੇ ਰਹੋ, ਯਹਾਂ ਫੋਨ ਮੇ ਘੁਸੇ ਹੋ, ਵਹਾਂ ਕੰਪਿਊਟਰ ਮੇ ਆਗ ਲਗਾ ਰੱਖੀ ਹੈ, ਦੇਖਾ ਨੇ ਘਰ ਮੇ ਤੁਮ ਸਭ ਮਿਲ ਕੇ ਮੁਝ ਮੇ ਆਗ ਲਗਾ ਦੋ। ਪਾਪਾ ਇਸ ਮੇ ਨਾ ਆਪ ਹੀ ਕਾ ਕਾਮ ਕਰ ਰਹਾ ਹੂੰ। ਆਪਕੋ ਬਤਾਇਆ ਥਾ ਨਾ ਮੈਨੇ, 10 ਦਸੰਬਰ ਕੋ ਸਲਮਾਨ ਖਾਨ ਆ ਰਹੇ ਲਾਈਵ ਪਰਫਾਰਮ ਕਰਨੇ, ਦ ਬੈਂਕ ਟੂ ਜੇਲਨ ਸਟੇਡੀਅਮ, ਉਸਕੀ ਟਿਕਟਸ ਬੁੱਕ ਕਰਾ ਰਹਾ ਹੂੰ ਆਪਕੀ। ਹਾਂ ਤੋ ਕਰੋ ਨਾ, ਬੁੱਕ ਕਰ ਦੋ। ਹੋ ਗਈ, ਅਬ ਬਤਾਓ ਕਿਆ ਕਲੇਸ਼ ਹੈ? ਬੇਟੇ ਆਜ ਆਪਣੀ ਆਰਐਸ ਕੀ ਕਸਮ ਖਾ ਰਹਾ ਹੂੰ, ਸਤੀ ਚਲੇ ਜਾਏਂਗੇ ਕਿਸੇ ਸ਼ਾਦੀ ਮੇ। ਕਿਆ ਹੋ ਗਿਆ? 150 ਲੋਗੋਂ ਕੀ ਗੈਦਰਿੰਗ ਹੋਗੀ ਬੇਟੇ, ਮੈਨੇ ਕਮ ਸੇ ਕਮ ਪੌਣੇ 200 ਲੋਗੋਂ ਕੋ ਨਮਸਤੇ ਬੋਲੀ ਹੈ, ਵੇਟਰ ਕੋ, ਰਿਕਸ਼ਾ ਵਾਲੋ ਕੋ, ਟੈਂਟ ਵਾਲੋ ਕੋ, ਲੇਕਿਨ ਕਿਸੀ ਨੇ ਪਲਟ ਕੇ ਉਸਸੇ ਨਮਸਤੇ ਨਹੀਂ ਕਰੇ। ਔਰ ਐਸਾ ਨਹੀਂ ਬੇਟੇ ਕਿ ਸਤੀਜੇ ਸਭਨੇ ਤੋਂ ਮਹੂਮ ਰਹੇ, ਜੋ ਕੋਟ ਪਹਿਨ ਕੇ ਉਸ ਯੂਥ ਸੇ ਹੀ ਮਿਲ ਰਹੇ ਹਮ। ਕੈਸੇ? ਸਾਹਮਣੇ ਸੇ ਲੌਂਡਾ ਆਇਆ, ਕੱਟ ਨਟ ਲਗੇ ਹੋਏ, ਮੈਨੂੰ ਬੋਲਾ ਬੇਟੇ ਯੋ ਡੂਡ ਗੁੱਸਣ ਮਾਰ ਦੇ ਬੇਟੇ, ਯੂੰ ਕਰਕੇ ਪੂਰਾ ਜਬੜਾ ਹਿਲ ਗਿਆ ਬੇਟੇ ਮੈਂ ਯਹਾਂ ਕਾ। ਜ਼ਰੂਰਤ ਕਿਆ ਹੈ ਆਪਕੋ ਲਜਨੇ ਕੀ, ਦੂਰ ਰਹਤੇ ਲੜਕੋ ਸੇ? ਲੜਕੇ ਜਾ ਰਹੀ ਬੇਟੇ, ਮੈਨੂੰ ਉਨਕੋ ਵੀ ਡਲਾ, ਮੈਨੇ ਕਹਾ ਕੂਲ ਬੇਬਸ ਬੇਟੇ ਪਲਟ ਕੇ ਕਿਆ ਬੋਲਤੀ ਹੈ, ਬੇਵੜਾ ਸ਼ਰਾਬੀ। ਤੋ ਜਬ ਪੀ ਕੇ ਜਾਓਗੇ ਤੋ ਲੋਕ ਤੋ ਸ਼ਰਾਬੀ ਕਹੇਂਗੇ? ਪੀਤਾ ਹੂੰ ਮੈਂ, ਕਿਸੀ ਕੇ ਬਾਪ ਕੀ ਨਹੀਂ ਪੀਤਾ ਹੂੰ, ਆਪਣੇ ਪੈਸੇ ਕੀ ਪੀਤਾ ਹੂੰ, ਮੇਰੀ ਡਿੱਗੀ ਮੈਂ ਅਗਰ ਬੋਤਲ ਰੱਖੀ ਤੋ ਮੇਰੀ ਰੱਖੀ, ਔਰ ਤੇਰੀ ਵੀ ਔਕਾਤ ਨਹੀਂ ਬੇਟੇ, ਮੇਰੇ ਤੋਂ ਬੋਲ ਜਾ ਸੇ ਸਤੀਸ਼ ਜੀ ਕਾ ਹੀ ਖਾ ਰਿਹਾ ਬੇਟੇ ਵੀ ਤੂੰ। ਲੋਕ ਅੱਛੇ ਨਹੀਂ ਥੇ ਮਨ, ਲੇਕਿਨ ਖਾਣਾ ਤੋ ਅੱਛਾ ਹੋਗਾ। ਖਾਣਾ ਗਦੀ ਕੀ ਗਾਣ ਅੱਛਾ ਤਾਂ ਬੇਟੇ, ਖਾਣਾ ਥੁੱਕ ਕੇ ਸਵਾਦ ਨਹੀਂ ਖਾਣੇ ਕੇ ਅੰਦਰ। ਅੱਛਾ ਇੱਕ ਬਾਤ ਹੋਤਾ, ਤੂੰ ਇਤਨਾ ਸਾਦਾ ਇਤਨਾ ਬੜਾ ਹੋ ਗਿਆ, ਮੇਰੀ ਸਾਦੀਓ ਲੈ ਜਾ ਅੰਦਰ ਕੋ, ਇੱਕ ਬਾਤ ਬਤਾ ਮੁਝੇ ਕੌਨ ਸੀ ਸਾਦੀ ਕੇ ਅੰਦਰ ਖਾਣੇ ਕੇ ਅੰਦਰ ਪਹਿਲਾ ਸਟੋਲ ਛੋਲੇ ਕਾ ਲਗਾਓ? ਤੇਰੇ ਕੋ ਪਤਾ ਛੋਲੇ ਸੇ ਕਿਤਨੀ ਗੈਸ ਬਣਤੀ ਮੇਰੇ ਕੋ? 150 ਟਕਾ ਮਾਰ ਦੋ ਮੈਂ, ਆ ਛੋਲੇ ਖਾ ਕੇ ਪੂਰੇ ਮੈਂ ਘੁੰਮਦਾ ਫਿਰੂ ਕਰਦਾ ਚਲੇਗਾ। ਅਗਲੇ ਸਟਾਲ ਪੇ ਚਲੇ ਜਾਤੇ, ਛੋਲੇ ਛੋੜ ਦੇ, ਆਗੇ ਕੁਛ ਥਾ ਬੇਟੇ? ਆਗੇ ਬੜਾ ਆਗੇ ਚਾਵਲ ਦੇ। ਤੋ ਚਾਵਲ ਚੀਨੀ ਤੋ ਆਪਕਾ ਫੇਵਰੇਟ ਹੈ ਬੇਟੇ? ਮੇਰਾ ਤੋ ਫੇਵਰੇਟ ਹੈ ਹਾਂ, ਲੇਕਿਨ ਤੁਝੇ ਪਤਾ ਹੈ ਪੋਰਸ ਬਣਨਾ ਹੈ ਸਬਕੋ, ਇਨਕੀ ਨਾਕ ਕਰ ਜਾਏਗੀ, ਚਾਵਲ ਕੇ ਸਾਥ ਚੀਨੀ ਰੱਖ ਦੇਂਗੇ। ਤੋ ਚਾਵਲ ਚੀਨੀ ਨਹੀਂ ਤੇ, ਠੀਕ ਹੈ ਆਗੇ ਪਨੀਰ ਵਨੀਰ ਕੁਛ ਤੋ ਹੋਗਾ, ਵੋ ਲੈ ਲੇਤੇ। ਅਬ ਬੇਟੇ ਆਗੇ ਬੜਾ ਹੂੰ, ਪਨੀਰ ਉਸਮੇ ਕੱਛਲ ਲਾ ਲਾ ਜੈਸੇ, ਬੇਟੇ ਜੈਸੇ ਪਨੀਰ ਨਾ ਲੜਕੀ ਨੇ ਖੇਲ ਲੇ ਆਪਕੋ। ਬੇਟੇ ਆਪ ਪਰਸਨਲ ਲਾਈਫ ਤੋ ਰਹੇ ਨਹੀਂ ਗਏ ਨਾ, ਸਤੀਜ ਜੀ ਕੀ ਮਾਤਰਾ ਨਹੀਂ ਕਿਰਪਾ ਸੇ। ਸਤੀਜ ਜੀ ਸੈਲੀਬ੍ਰਿਟੀ ਹੋ ਗਿਆ, ਪਰਸਨਲ ਲਾਈਫ ਨਹੀਂ ਰਹੀ ਤੇਰੀ, ਇਹ ਗੰਦੀ ਗੰਦੀ ਜੋ ਨਿਕਾਲਤਾ ਨਾ ਆਪਣੇ ਬਾਪ ਕੇ ਲਈ ਉਲਟੇ ਸੇ ਸਬ, ਯਹੀ ਦੇਖ ਕੇ ਤੇਰੀ ਇੱਜ਼ਤ ਨਹੀਂ ਕਰਦਾ, ਜਮਾਨਾ ਨਾ ਮੈਂ ਕਰਦਾ ਹੂੰ। ਆਜ ਕੱਲ ਬ੍ਰੈਂਡੀ ਟੀਵੀ ਪੇ ਆ ਰਿਹਾ ਤੇਰਾ ਵਾ, ਲੜਕੀ ਆਈ ਆਗੇ ਬੋਲਤੀ ਹੈ ਹੇ ਸਤੀਸ਼ ਲੈਟਸ ਹੈਵ ਅ ਪਿਕਚਰ ਪਲੀਜ਼। ਸਤੀਸ਼ ਮੈਂ ਬੋਲਾ ਆਪਣੇ ਬਾਪ ਸੇ ਵੀ ਐਸੀ ਬੋਲਤੇ ਨੇ ਕਿ ਆਜ ਰਾਮਪਾਲ ਫੋਟੋ ਕੀ ਚੱਲ। ਮੈਂ ਬੋਲਾ ਬੇਟੇ ਅੰਕਲ ਜੀ ਨਹੀਂ ਬੋਲ ਰਹੀ, ਅੰਕਲ ਨਹੀਂ ਬੋਲ ਰਹੀ, ਕਮ ਸੇ ਕਮ ਸਤੀਸ਼ ਜੀ ਤੋ ਬੋਲ ਲੋ। ਜੀ ਤੋ ਲਗਾ ਲੇ, ਸੈਲਫੀ ਹੋਈ ਅਬ ਬੇਟੇ, ਸੈਲਫੀ ਤੋ ਹੋਣੇ ਸੇ ਬਹੁਤ ਸਾਰੇ ਲੋ। ਮੈਂ ਬੇਟੇ ਗੁਰੂ ਫੋਟੋ ਲੇ, ਅਬ ਜੈਸੇ ਨਾ ਕਰਾਂ ਸੇ ਕੰਧੇ ਹੱਥ ਰੱਖਾ, ਸਮਾਈਲ ਬਣੀ ਹੋਈ ਸਤੀਸ਼ ਜੀ, ਜੈਸੀ ਮੈਂ ਹੱਥ ਰੱਖਾ ਮੇਰੀ ਸਮਾਈਲ ਬਣੀ ਹੋਈ। ਕਿਉਂ ਕੰਧੇ ਪੇ ਹੱਥ ਰੱਖਣੇ ਸੇ ਹਸੀ ਕਿਉਂ ਉੜ ਗਈ? ਕਪੜਾ ਹੀ ਨਹੀਂ ਉਧਰ ਜਿੱਧਰ ਹੱਥ ਰੱਖਾਂ। ਯਾਰ ਪਾਪਾ ਅਬ ਇਟ ਇਜ਼ ਦੇਅਰ ਚੋਇਸ, ਲੈਟ ਦੇਮ ਵੀਅਰ ਵਾਟ ਏਵਰ ਦੇ ਵਾਂਟ ਟੂ ਵੀਅਰ। ਬੇਟੇ ਅੰਗਰੇਜ਼ੀ ਮੈਂ ਕਹਿ ਦੋ ਨਾ, ਨੰਗੇ ਹੂੰ ਤੋ ਫੈਸ਼ਨ ਨਹੀਂ ਹੋਗਾ, ਤੋ ਉਨਕੀ ਮਰਜ਼ੀ, ਜੋ ਮਰਜ਼ੀ ਪਹਿਨੇ, ਆਪਕੋ ਕਿਆ ਦਿੱਕਤ ਹੈ? ਬੇਟੇ ਅਭੀ 4 ਦਿਨ ਬਾਅਦ ਫਿਰ ਇਹ ਡਾਕਟਰ ਕੇ ਬਾਅਦ ਬੈਠੇ ਤੇ, ਮੇਰੇ ਠੰਡ ਲੱਗ ਗਈ, ਨਾਕ ਸੇ ਵਾਟ ਫੁਲਤ ਰਹੀ। ਆਪ ਸਰਦੀ ਸੇ ਆਪਣਾ ਖਿਆਲ ਰੱਖਣਾ, ਆਪਕੋ ਸਰਦੀ ਨਹੀਂ ਲੱਗਣੀ ਚਾਹੀਏ। ਬੇਟੇ ਹਮੇ ਲੱਗਨੇ ਸੇ ਰਹੀ, ਪੂਰਾ ਪੈਕ ਹੋ ਕੇ ਚਲਦੇ ਸਤੀਸ਼ ਜੀ, ਪਜਾਮੇ ਕੇ ਨੀਚੇ ਗਰਮ ਪਜਾਮੀ ਪਹਿਨਤੇ, ਕੁੜਤੇ ਕੇ ਨੀਚੇ ਗਰਮ ਬਨਿਆਨ, ਹਾਫ ਬਾਜੂ ਕੋ ਸਵੈਟਰ ਪਹਿਨਾ, ਫਿਰ ਕੁੜਤਾ, ਉਸਕੇ ਬਾਅਦ ਨਹਿਰੂ ਜੈਕਟ, ਇਸਕੇ ਉੱਪਰ ਮੇਰੀ ਰੇਖਾ ਕੀ ਦੁਆਏ ਲਪੇਟ ਕੇ ਚਲਤਾ ਹੂੰ ਮੈਂ ਬਾਹਰ। ਪਾਪਾ ਉਨ ਲੋਗੋ ਕੇ ਚੱਕਰ ਮੈਂ ਆਪਣਾ ਪਾਰਾ ਮਤ ਬੜਾਓ, ਲੜਕੇ ਕੇ ਮਾਂ ਬਾਪ ਨੇ ਤੋ ਅੱਛੇ ਸੇ ਇੱਜ਼ਤ ਦੀ, ਮਿਲੇ ਨਹੀਂ ਮਿਲੇ ਆਪਸੇ ਵੋ। ਬੇਟਾ ਸਦਿਆ ਨਾਸ, ਬੇਟਾ ਆਜ ਮੈਂ ਉਸਕੋ ਬੋਲਾ, ਕਿਉਂ ਜੀ ਬਾਬੂ ਜੀ ਕਿਆ ਹਾਲ ਹੈ, ਸਭ ਬੜੀਆ? ਬੇਟੇ ਮੇਰੇ ਕੋ ਬੋਲਤਾ ਆਪਣਾ ਕੰਮ ਕਰ। ਕੋਈ ਨਹੀਂ ਬਾਪ ਕੋ ਛੋੜੋ, ਮਾਂ ਨੇ ਤੋ ਇੱਜ਼ਤ ਦੀ ਹੋਗੀ। 4 ਕਦਮ ਆਏ ਬੇਟੇ, 4 ਕਦਮ ਆਏ ਹੋ, ਮੈਂ ਸਟੇਜ ਬਖਣਾ ਠੀਕ। ਤੋ ਉਸਨੇ ਬੋਲਾ ਫੋਟੋਗ੍ਰਾਫਰ ਨੇ, ਭਾਈ ਸਾਹਿਬ ਆਪ ਬੜੇ ਦੋ ਫੈਮਿਲੀ ਫੋਟੋ। ਹਾਂਡੀ ਉਹ ਆਤੀ ਹੈ ਠੁਮ ਠੁਮਾਤੀ ਹੋਈ, ਕਹਿੰਦੀ ਬੇਵੜੇ ਨੀਚੇ ਉਧਰ 50 ਲੋਕ ਸਾਹਮਣੇ ਬੇਇੱਜ਼ਤੀ ਕਰਦੀ ਉਸਨੇ, ਔਰ ਅਭੀ 4 ਦਿਨ ਪਹਿਲੇ
खुद आई थी पीते जाने। ए सतीश जी हमारी भेंटे गा दो, सतीश जी हमारी भेंटे, वो चंचल की भेंट 50 बार गाई होगी सिर्फ उसके लिए। नंगे नंगे पांव जलिया आ गया रे माई के, तेरा पुजारी मैया तेरा पुजारी, हमने भूल गया बेटे। अरे छोड़ो पापा, ये एक फैमिली नालायक होगी है, इनसे हमें मतलब रखना ही नहीं है। आप एक बात बताओ, ये डेकोरेशन कैसी थी? डेकोरेशन के नाम पे सिर्फ चूते बना, फूल सारे नकली लगाए हुए हैं। बेटे मैंने खुद देखा है, चौराहे पे मूते उस पे कुत्ते उसी टेंट पे, लोग उसे पीक मार मार के गए, बच्चे वही हग रहे हैं। मैं मर जाऊं बोले गुप्ता का टेंट। अरे यार आप कहाँ मरने की बातें कर रहे हो, अभी कहाँ मर रहे हो आप? मैंने अब डॉक्टर बोल रहा तुम बहुत पीते हो, गर्म पानी पीना शुरू करोगे, कुछ भी नहीं 8-10 साल जी लोगे। लेकिन बेटे मेरी एक आखिरी इच्छा है बेटे। मेरे पापा ऐसी बातें मत करो, ये सहरा मैं तेरे सर पे देखना चाहता हूँ बेटे। एक मिनट, कोई दरवाजे पे बेटे, गेट की बहन की आंख बेटे, निपटा दे बेटे, ये सहरा लगा ले बेटे, ये तेरे, ओहे मेरा बच्चा, दे दूल्हा राजा लग रहा है। ओहे गेट खोल बेटे, खोल गेट, अब मेरी सर की तेरे सर आ गई बेटे। भाई यही था लाल बकरी वाला, पन्नी में छोले भर रहा था ये बहुत। अरे मैं नहीं था यार, ये पापा ने सुना ये। Hey guys, अच्छा ये भाई तो अलग ही चल रहा है, बट यार 10th ऑफ दिसंबर को JLN स्टेडियम में होने वाला है द बैंक टूर। हमने तो अपनी टिकट्स करा ली, अगर आपको भी करानी है तो लिंक डिस्क्रिप्शन में मेंशन है, जाओ पेटीएम पे और टिकट्स बुक करो। इसके अलावा अगर आपको आज की वीडियो अच्छी लगी है तो प्लीज लाइक करो, शेयर करो एंड सब्सक्राइब टू सड़क छाप। कुछ बोल दो भाई। नंगे नंगे पांव चले आ गए हरी माइक तेरा पुजारी। थैंक्स फॉर वॉचिंग गाइस, बाय।